ਹੁਸ਼ਿਆਰਪੁਰ ਸਿਵਲ ਹਸਪਤਾਲ ਦੇ ਨਾਲ ਦੀ ਗਲੀ 'ਚ ਪੁਲਿਸ ਵੱਲੋਂ ਰੋਜ਼ਾਨਾ ਲਗਾਏ ਜਾਂਦੇ ਨਾਕੇ ਤੋਂ ਆਸ-ਪਾਸ ਦੇ ਦੁਕਾਨਦਾਰ ਡਾਢੇ ਪਰੇਸ਼ਾਨ ਹੋ ਚੁੱਕੇ ਨੇ ਤੇ ਦੁਕਾਨਦਾਰਾਂ ਵੱਲੋਂ ਇੱਥੋਂ ਨਾਕਾ ਹਟਾਉਣ ਦੀ ਮੰਗ ਕਰਦਿਆਂ ਹੋਇਆਂ ਕਿਸੇ ਹੋਰ ਥਾਂ ਤੇ ਪੁਲਿਸ ਨੂੰ ਨਾਕਾ ਲਗਾਉਣ ਦੀ ਅਪੀਲ ਕੀਤੀ ਹੈ। ਇਸ ਬਾਬਤ ਜਦੋਂ ਪੱਤਰਕਾਰਾਂ ਵੱਲੋਂ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪੁਲਿਸ ਦੇ ਮੁਲਾਜ਼ਮ ਰੋਜ਼ਾਨਾ ਉਹਨਾਂ ਦੀਆਂ ਦੁਕਾਨਾਂ ਬਾਹਰ ਆ ਕੇ ਨਾਕਾਬੰਦੀ ਕਰ ਦਿੰਦੇ ਨੇ, ਜਿਸ ਕਾਰਨ ਉਹਨਾਂ ਦੀਆਂ ਦੁਕਾਨਾਂ ਤੇ ਆਉਣ ਵਾਲੇ ਗ੍ਰਾਹਕ ਪੁਲਿਸ ਨੂੰ ਵੇਖ ਕੇ ਵਾਪਸ ਮੁੜ ਜਾਂਦੇ ਨੇ ਤੇ ਕੰਮ ਨਾ ਹੋਣ ਦੀ ਸੂਰਤ 'ਚ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ। ਦੁਕਾਨਦਾਰਾਂ ਨੇ ਕਿਹਾ ਕਿ ਅਜਿਹੀ ਸੂਰਤ 'ਚ ਜਿੱਥੇ ਗ੍ਰਾਹਕ ਵੀ ਮੁੜਦੇ ਨੇ ਉੱਥੇ ਹੀ ਦੁਕਾਨਾਂ ਤੇ ਕੰਮ ਕਰਨ ਵਾਲੇ ਕਰਮਚਾਰੀਆਂ ਦੀਆਂ ਤਨਖਾਹਾਂ ਵੀ ਪੂਰੀਆਂ ਨਹੀਂ ਹੁੰਦੀਆਂ ਤੇ ਅੱਜ ਮਹਿੰਗਾਈ ਭਰੇ ਜ਼ਮਾਨੇ 'ਚ ਦੁਕਾਨਦਾਰੀ ਅਤੇ ਕਾਰੋਬਾਰ ਚਲਾਉਣਾ ਕਿੰਨਾ ਮੁਸ਼ਕਿਲ ਹੈ, ਇਸ ਤੋਂ ਹਰ ਇੱਕ ਵਿਅਕਤੀ ਚੰਗੀ ਤਰ੍ਹਾਂ ਜਾਣੂ ਹੈ। ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਆਪਣੀ ਡਿਊਟੀ ਅਨੁਸਾਰ ਹੀ ਇੱਥੇ ਨਾਕਾਬੰਦੀ ਕਰਦੇ ਨੇ ਤੇ ਉਹਨਾਂ ਵੱਲੋਂ ਮਹਿਜ਼ 15 ਮਿੰਟ ਹੀ ਨਾਕਾ ਲਗਾਇਆ ਜਾਂਦਾ ਹੈ ਤੇ ਸ਼ਰਾਰਤੀ ਅਨਸਰਾਂ ਤੇ ਨਿਗਾਹ ਰੱਖੀ ਜਾਂਦੀ ਹੈ। ਹੁਸ਼ਿਆਰਪੁਰ ਨਿਊਜ਼ ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ। ਗੋਰਾ ਜੀ, ਕਿਹੜੀ ਜਗ੍ਹਾ ਦੁਕਾਨ ਹੈ ਤੁਹਾਡੀ? ਆ ਭਾਈ ਸਰਵ ਸਟੇਸ਼ਨ ਹੈ ਆਪਣਾ। ਕਿਹੜਾ ਇਲਾਕਾ ਹੈ ਇਹ? ਇਹ ਸਿਵਲ ਹਸਪੀਟਲ ਰੋਡ ਆ ਭਾਈ। ਸਾਡੇ ਇੱਥੇ ਵਰਸ਼ਾ ਆਪਣੇ ਬੰਦਿਆਂ ਦੇ ਇੱਥੇ ਮਾਰਕੀਟ ਦੇ ਕੰਮ ਬੰਦੇ ਕਰਦੇ, ਉਹਨਾਂ ਦੇ ਚਲਾਨ ਕਰੀ ਜਾਂਦੇ, ਠੀਕ ਨੇ? ਅਸੀਂ ਕਿੱਥੇ ਜਾਈਏ ਦੱਸੋ, ਕਿੰਨੀ ਕੁ ਪਰੇਸ਼ਾਨੀ ਹੁੰਦੀ ਆ? ਬਹੁਤ ਜ਼ਿਆਦਾ ਭਾਜੀ, 15 ਮਿੰਟ ਵੀ ਖੜਦੇ 2-250 ਦਾ ਨੁਕਸਾਨ ਹੋ ਜਾਂਦਾ, ਬੰਦਾ 400 ਦਿਹਾੜੀ ਆ ਬੰਦੇ ਦੀ, ਠੀਕ ਨੀ? 400 ਦਿਹਾੜੀ ਅਸੀਂ ਕਿੱਥੋਂ ਦੇ ਲੈਣੀ? ਜੇ 500 ਦਾ ਕੰਮ ਹੀ ਨਾ ਕੀਤਾ, ਇਹਨੂੰ 400 ਕਿੱਥੋਂ ਦੇ ਲੈਣੀ? 400 ਸਾਡਾ 500 ਕਿਰਾਏ ਪੈਂਦਾ। ਕੀ ਲੱਗਦਾ, ਇੱਕ ਪਾਸੇ ਜਿਹੜਾ ਅੱਜ ਕੱਲ੍ਹ ਮਹਿੰਗਾਈ ਦਾ ਦੌਰ ਆ ਸਿੱਖਾਂ ਦਾ ਜਿਹੜਾ ਚੱਲ ਰਿਹਾ, ਦੂਜੇ ਪਾਸੇ ਤੁਹਾਡਾ ਇਸ ਤਰ੍ਹਾਂ ਵੀ ਨੁਕਸਾਨ? ਭਾਜੀ ਬਹੁਤ ਜ਼ਿਆਦਾ ਪਰੇਸ਼ਾਨ ਹੋਏ, ਉੱਪਰੋਂ ਜੀ ਮਹਿੰਗਾਈ ਨੇ ਜਾਨ ਲਈ ਹੋ ਸਾਡੀ, ਉੱਪਰੋਂ ਜੀ ਇਹਨਾਂ ਨੇ ਲਈ ਵਾ, ਤਾਂ ਕੰਮ ਤਾਂ ਕਰਨ ਹੀ ਨਹੀਂ ਦਿੰਦੇ। 20-20 ਜਣੇ ਆ ਜਾਂਦੇ, ਕੋਈ ਉੱਥੇ ਖੜਾ, ਕੋਈ ਉੱਥੇ ਖੜਾ, ਠੀਕ ਨੇ? ਅਸੀਂ ਦੁਕਾਨਦਾਰ ਕਿੱਥੇ ਜਾਈਏ ਦੱਸੋ, ਕੀ ਮੰਗ ਕਰਦੇ ਹੋ? ਮੰਗ ਭਰਾਵਾ, ਇੱਥੇ ਸਾਡੀ ਦੁਕਾਨ ਮੂਹਰੇ ਨਾ ਲਾਉਣ, ਜਿੱਥੇ ਲਾਉਣਾ ਅੱਗੇ ਪਿੱਛੇ ਜਿੱਥੇ ਮਰਜ਼ੀ ਲਾਉਣ। ਫਿਰ ਮੁੜ ਕੇ ਚੱਲ ਜਾਈਦਾ ਆਪਾਂ। ਡੇਲੀ ਖੜਦੇ ਹੋ ਜੀ? ਡੇਲੀ ਖੜ ਲਈਦਾ। ਤੇ ਹੁਣ ਦੁਕਾਨਦਾਰਾਂ ਦੀ ਮੰਗ ਹੈ ਕਿ ਇੱਥੇ ਜਿਹੜਾ ਨਾਕਾ ਚੱਕ ਲਿਆ ਜਾਵੇ, ਕਿਉਂਕਿ ਉਹਨਾਂ ਦੇ ਦੁਕਾਨਦਾਰੀ ਜਿਹੜੀ ਬਹੁਤ ਜ਼ਿਆਦਾ ਖਰਾਬ ਹੁੰਦੀ, ਗ੍ਰਾਹਕੀ ਬਹੁਤ ਮੁੜਦੀ ਹੈ ਜੀ, ਬੇਰੰਗ ਭਰਦੇ। ਦੇਖੋ, ਅਸੀਂ ਕਹਿੰਦੇ ਹਾਂ ਚਲੋ ਚੱਕ ਲੈਂਦੇ ਹਾਂ ਆਪਾਂ, ਜਿਹੜੀ ਸਾਡੀ ਇਨਫੋਰਮੇਸ਼ਨ ਜਾਂ ਫਿਰ ਇੱਧਰ ਚਿੱਟੇ ਵਾਲੇ ਲੰਘਣ ਜਾਂ ਕੋਈ ਹੋਰ 'ਚ ਲੰਘਣ, ਆਪਾਂ ਚੱਕ ਤਾਂ ਕਰਨੇ ਨਾ, ਕਰ ਸਕਦੇ ਹਾਂ ਨਾ? ਫਿਰ ਬਸ ਇਹੀ ਚੀਜ਼ ਕਰਦੇ ਆਪਾਂ, ਹੋਰ ਜਾਂ ਚਲਾਨ ਦੋ ਕਰੀਦੇ ਆਪਾਂ, ਹੋਰ ਆਪਾਂ ਕਿਸੇ ਨੂੰ ਕੋਈ ਕਹਿੰਦਾ ਨਹੀਂ। We are a multicultural network community. We groom competent global citizens to effect positive change around them.